ਗੁਰ ਪਿਆਰੀ ਸਾਜੀ ਤੇ ਨਿਵਾਜੀ ਗੁਰਸਾਧ ਸੰਗ ਜੀ ਆਓ ਜੀ, ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ। ਗੱਜ ਰੱਜ ਕੇ ਬੁਲਾਓ ਫਤਿਹ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਮੋਢੀ ਹੋਏ ਹਨ, ਜਿਨ੍ਹਾਂ ਨੇ ਆਪਣਾ ਪੂਰਾ ਹੀ ਜੀਵਨ ਸਿੱਖ ਸਿਧਾਂਤਾਂ 'ਤੇ ਚੱਲਦਿਆਂ ਹੋਇਆਂ ਬਤੀਤ ਕੀਤਾ ਅਤੇ ਆਪਣੇ ਉਪਦੇਸ਼ਾਂ ਰਾਹੀਂ ਕੁੱਲ ਹਿਲਕਾਈ ਦਾ ਪਾਰ ਉਤਾਰਾ ਕੀਤਾ ਹੈ। ਇੱਥੇ ਜੀ ਮੈਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ, ਜਿਸ ਵਿੱਚ ਗੁਰੂ ਜੀ ਨੇ ਇੱਕ ਠੱਗ ਨੂੰ ਅਸਲ ਸੱਜਣ ਬਣਾਇਆ ਹੈ। ਇਸ ਸਾਖੀ ਦਾ ਸਿਰਲੇਖ ਹੈ ਜੀ, ਸੱਜਣ ਠੱਗ। ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਪਾਕਪਟਨਮ ਤੋਂ ਹੁੰਦੇ ਹੋਇਆਂ ਮੁਲਤਾਨ ਦੇ ਇੱਕ ਸ਼ਹਿਰ ਤਲੰਬਾ ਪਹੁੰਚੇ। ਇਸ ਸ਼ਹਿਰ ਵਿੱਚ ਇੱਕ ਸ਼ੇਖ ਰਹਿੰਦਾ ਸੀ, ਜਿਸ ਨੇ ਰਾਹਗੀਰਾਂ ਦੇ ਆਰਾਮ ਕਰਨ ਲਈ ਇੱਕ ਬਹੁਤ ਹੀ ਵੱਡਾ ਅਤੇ ਸੋਹਣਾ ਘਰ ਬਣਾਇਆ ਹੋਇਆ ਸੀ। ਇਸ ਘਰ ਵਿੱਚ ਰਾਹਗੀਰਾਂ ਦੇ ਆਰਾਮ ਕਰਨ ਲਈ ਜਗ੍ਹਾ ਅਤੇ ਖਾਣ ਲਈ ਭੋਜਨ ਮਿਲਦਾ ਸੀ। ਉਸਨੇ ਇਸ ਘਰ ਵਿੱਚ ਇੱਕ ਪਾਸੇ ਮੁਸਲਮਾਨਾਂ ਦੇ ਲਈ ਮਸਜਿਦ ਬਣਵਾਈ ਹੋਈ ਸੀ ਤਾਂ ਦੂਜੇ ਪਾਸੇ ਹਿੰਦੂਆਂ ਦੇ ਲਈ ਮੰਦਿਰ ਬਣਵਾਇਆ ਹੋਇਆ ਸੀ। ਉਹ ਦਿਨ ਵਿੱਚ ਸਾਧਾਂ ਵਾਲੇ ਕੱਪੜੇ ਪਾਉਂਦਾ ਅਤੇ ਮਾਲਾ ਫੇਰਦਾ ਸੀ ਅਤੇ ਰਾਹਗੀਰਾਂ ਦੀ ਦੇਖਭਾਲ ਕਰਦਾ ਸੀ। ਲੋਕ ਉਸ ਦੀ ਸੇਵਾ ਭਾਵਨਾ ਵੇਖ ਕੇ ਉਸਦਾ ਅਸਲ ਨਾਮ ਤੱਕ ਭੁੱਲ ਚੁੱਕੇ ਸਨ। ਉਸ ਕੋਲ ਜ਼ਮੀਨ ਕਾਫੀ ਸੀ, ਜਿਸ 'ਤੇ ਉਹ ਮਜ਼ਦੂਰਾਂ ਤੋਂ ਕੰਮ ਕਰਵਾਉਂਦਾ ਸੀ। ਇਸ ਤੋਂ ਇਲਾਵਾ ਉਸਦਾ ਆਮਦਨ ਦਾ ਇੱਕ ਹੋਰ ਸਾਧਨ ਸੀ, ਜਿਸ ਬਾਰੇ ਉਸ ਅਤੇ ਉਸਦੇ ਹਿੱਸੇਦਾਰਾਂ ਤੋਂ ਇਲਾਵਾ ਕਿਸੇ ਨੂੰ ਕੁਝ ਵੀ ਗਿਆਨ ਨਹੀਂ ਸੀ। ਇਹ ਦਿਨ ਵਿੱਚ ਲੋਕਾਂ ਦੀ ਦੇਖਭਾਲ ਕਰਦਾ, ਪਰ ਜਦ ਰਾਤ ਨੂੰ ਇਹ ਰਾਹਗੀਰ ਸੌ ਜਾਂਦੇ ਤਾਂ ਉਹਨਾਂ ਨੂੰ ਜਾਨੋਂ ਮਾਰ ਕੇ ਇੱਕ ਖੂਹ ਵਿੱਚ ਸੁੱਟ ਦਿੰਦਾ ਅਤੇ ਉਹਨਾਂ ਦਾ ਸਾਰਾ ਧਨ ਲੁੱਟ ਲੈਂਦਾ। ਗੁਰੂ ਜੀ ਨਾਲ ਜਦ ਉਸਦੀ ਮੁਲਾਕਾਤ ਹੋਈ ਤਾਂ ਉਸ ਨੂੰ ਗੁਰੂ ਜੀ ਦੇ ਧਨਾੜ ਹੋਣ ਦਾ ਅੰਦਾਜ਼ਾ ਲੱਗ ਗਿਆ, ਪਰ ਗੁਰੂ ਜੀ ਤਾਂ ਸਭ ਜਾਨੀ ਜਾਣ ਸਨ, ਗੁਰੂ ਜੀ ਤੋਂ ਕੁਛ ਛੁਪਿਆ ਨਹੀਂ ਸੀ। ਉਸਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਦੀ ਦੇਖਭਾਲ ਕੀਤੀ, ਪੂਰੀ ਸੇਵਾ ਕੀਤੀ। ਸ਼ਾਮ ਦੇ ਭੋਜਨ ਤੋਂ ਬਾਅਦ ਉਹ ਗੁਰੂ ਜੀ ਕੋਲ ਆਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ, ਸੰਤੋ ਅੰਦਰ ਜਾ ਕੇ ਆਰਾਮ ਕਰ ਲਓ, ਰਾਤ ਬਹੁਤ ਹੋ ਗਈ ਹੈ। ਤਾਂ ਗੁਰੂ ਜੀ ਨੇ ਕਿਹਾ, ਭਾਈ ਅਸੀਂ ਸੌਣ ਤੋਂ ਪਹਿਲਾਂ ਉਸ ਅਕਾਲ ਦੀ ਉਸਤਤ ਵਿੱਚ ਇੱਕ ਸ਼ਬਦ ਪੜ੍ਹਾਂਗੇ, ਫਿਰ ਹੀ ਸੌਵਾਂਗੇ। ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਇਹਨਾਂ ਤੁੱਕਾਂ ਤੋਂ ਸ਼ੁਰੂ ਹੋਣ ਵਾਲਾ ਇੱਕ ਸ਼ਬਦ ਉਚਾਰਨ ਕੀਤਾ, ਉਜਲ ਕਹਿਹਾ ਚਿਲਕਣਾ ਕੋਟਮ ਕਾਲੜੀ ਮਸ ਧੋਤਿਆ ਜੂਠਾ ਉਤਰੈ ਜਿਸ ਧੋਵਾ ਤੈਸ। ਜਦ ਸੱਜਣ ਨੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣਿਆ ਤਾਂ ਉਸ ਨੂੰ ਲੱਗਾ ਕਿ ਗੁਰੂ ਜੀ ਨੂੰ ਮੇਰੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਹੈ। ਇਸ ਲਈ ਉਹ ਕਹਿ ਰਹੇ ਹਨ ਕਿ ਕਾਂਸੀ ਦਾ ਬਰਤਨ ਬਾਹਰੋਂ ਭਾਵੇਂ ਕਿੰਨਾ ਹੀ ਕਿਉਂ ਨਾ ਚਮਕਦਾ ਹੋਵੇ, ਪਰ ਜਦ ਉਸਨੂੰ ਹੱਥ ਲਗਾਉਂਦੇ ਹਾਂ ਤਾਂ ਹੱਥ ਕਾਲੇ ਹੋ ਜਾਂਦੇ ਹਨ। ਉਸਨੂੰ ਵਾਰ ਵਾਰ ਧੋਣ 'ਤੇ ਵੀ ਉਸਦੀ ਕਾਲਖ ਨਹੀਂ ਜਾਂਦੀ। ਘਰ ਬਾਹਰੋਂ ਭਾਵੇਂ ਕਿੰਨਾ ਹੀ ਕਿਉਂ ਨਾ ਚਮਕਦਾ ਹੋਵੇ, ਪਰ ਜਦੋਂ ਢੇਰੀ ਹੁੰਦਾ ਤਾਂ ਅੰਦਰੋਂ ਖਾਲੀ ਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਘਰ ਅਤੇ ਗੁਣਾਂ ਤੋਂ ਬਿਨਾਂ ਸਰੀਰ ਦੋਨੋਂ ਹੀ ਵਿਅਰਥ ਹਨ। ਮਨੁੱਖ ਦੀ ਸੇਵਾ ਅਤੇ ਸਿਆਣਪਤਾ ਕਿਸੇ ਕੰਮ ਦੀ ਨਹੀਂ ਅਗਰ ਉਹ ਬੁਰੇ ਕੰਮਾਂ ਤੋਂ ਤੌਬਾ ਨਹੀਂ ਕਰਦਾ। ਨੇਕੀ ਕਰਨ ਲਈ ਉਸ ਪਰਮਾਤਮਾ ਦੇ ਆਸਰੇ ਦੀ ਲੋੜ ਪੈਂਦੀ ਹੈ। ਜਿਉਂ ਹੀ ਇਸ ਸ਼ਬਦ ਦਾ ਭੋਗ ਪਿਆ ਤਾਂ ਸੱਜਣ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਅਤੇ ਉਸਨੇ ਬੁਰੇ ਕਰਮਾਂ ਤੋਂ ਤੌਬਾ ਕੀਤੀ। ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਆਪਣਾ ਸਾਰਾ ਧਨ ਗਰੀਬਾਂ ਵਿੱਚ ਵੰਡ ਦੇ ਅਤੇ ਬੁਰੇ ਕੰਮ ਨੇਕੀ ਦੇ ਰਾਹ 'ਤੇ ਚੱਲ, ਬੁਰੇ ਕੰਮਾਂ ਤੋਂ ਤੌਬਾ ਕਰ। ਤਾਂ ਸੱਜਣ ਨੇ ਇੱਦਾਂ ਹੀ ਕੀਤਾ। ਇੱਦਾਂ ਕਰਦਿਆਂ ਹੋਇਆ ਸੱਜਣ, ਜੋ ਕਿ ਇੱਕ ਨਾਮ ਦਾ ਹੀ ਸੱਜਣ ਸੀ, ਅਸਲ ਸੱਜਣ ਬਣ ਗਿਆ। ਤਾਂ ਇਸ ਸਾਖੀ ਤੋਂ ਸਾਨੂੰ ਇੱਕ ਬਹੁਤ ਹੀ ਸੋਹਣੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਨੇਕੀ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ, ਬੁਰੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ, ਧਰਮ ਦੀ ਕਮਾਈ ਕਰਨੀ ਚਾਹੀਦੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।